ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ ਪੰਜ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਅਰਸ਼ਿੰਦਰ ਪਾਲ ਕੌਰ ਅੱਜ ਤੁਹਾਡੇ ਲਈ ਪਾਠ ਨੰਬਰ 23 ਲੈ ਕੇ ਹਾਜ਼ਰ ਹਾਂ ਚਲੋ ਚੱਲੀਏ ਨਵਾਂ ਪਾਠ ਸਿੱਖੀਏ ਪਿਛਲਾ ਪਾਠ ਸਿੱਖਿਆ ਸੀ ਪੰਜਾਬ ਦੀ ਕਲਾ ਭਾਗ 1 ਤੇ ਅੱਜ ਦਾ ਸਾਡਾ ਪਾਠ ਹੈ ਪੰਜਾਬ ਦੀ ਕਲਾ ਭਾਗ 2 ਪਹਿਲੇ ਪਾਠ ਵਿੱਚ ਅਸੀਂ ਕੁਝ ਸ਼ਬਦ ਸਿੱਖੇ ਸਨ ਕੁਝ ਅਸੀਂ ਗ੍ਰਾਮਰ ਪੁਆਇੰਟ ਸਿੱਖੇ ਸਨ ਉਹ ਸ਼ਬਦ ਤੇ ਉਹ ਜਿਹੜੇ ਗ੍ਰਾਮਰ ਪੁਆਇੰਟਸ ਸੀਗੇ ਜਿਹੜੇ ਗ੍ਰਾਮਰ ਸਟਰਕਚਰਸ ਅਸੀਂ ਉੱਥੇ ਸਿੱਖੇ ਸੀਗੇ ਉਹ ਅਸੀਂ ਅੱਜ ਇਸ ਪਾਠ ਵਿੱਚ ਵਰਤਾਂਗੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸ਼ਬਦ ਯਾਦ ਹੋਣਗੇ ਤੇ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ ਪੰਜਾਬ ਦੀ ਕਲਾ ਭਾਗ 2 ਪੰਜਾਬ ਵਿੱਚ ਵੀ ਬਹੁਤ ਤਰ੍ਹਾਂ ਦੀ ਕਲਾ ਹੈ ਹਰ ਕਲਾ ਲਈ ਵੱਖਰੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਇਸ ਪਾਠ ਵਿੱਚ ਅਸੀਂ ਮਿੱਟੀ ਦੀ ਕਲਾ ਅਤੇ ਪੰਜਾਬੀ ਜੁੱਤੀ ਬਾਰੇ ਪੜ੍ਹਾਂਗੇ ਮਿੱਟੀ ਕਲੇ ਜਿਹੜੇ ਕਲੇ ਤੋਂ ਜਿਸ ਤਰ੍ਹਾਂ ਭਾਂਡੇ ਬਣਦੇ ਆ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਤੇ ਇੱਕ ਪੰਜਾਬੀ ਜੁੱਤੀ ਤੁਸੀਂ ਬਹੁਤ ਵਾਰੀ ਦੇਖੀ ਹੋਏਗੀ ਤੇ ਬਹੁਤ ਸਾਰਿਆਂ ਨੇ ਸ਼ਾਇਦ ਬੱਚਿਆਂ ਕੋਲੇ ਹੋਣ ਵੀ ਪੰਜਾਬੀ ਜੁੱਤੀਆਂ ਸੋ ਪੈਰਾਂ 'ਚ ਪਾਈ ਬਹੁਤ ਸੋਹਣੀ ਲੱਗਦੀ ਆ ਅੱਜ ਅਸੀਂ ਉਹਦੇ ਬਾਰੇ ਪੜ੍ਹਾਂਗੇ ਪਹਿਲਾ ਸ਼ਬਦ ਜਿਹੜਾ ਹੈਗਾ ਪਿਕਚਰ ਦੇਖੋ ਤੁਸੀਂ ਕੜਨੀ ਇਹਦੇ ਵਿੱਚ ਦੁੱਧ ਰੱਖਿਆ ਜਾਂਦਾ ਥੱਲੇ ਮੱਠੀ-ਮੱਠੀ ਅੱਗ ਬਲਦੀ ਹੁੰਦੀ ਆ ਥੋੜੀ ਘੱਟ ਅੱਗ ਤੇ ਜਿਹੜਾ ਦੁੱਧ ਬਾਹਰ ਨਾ ਨਿਕਲੇ ਤੇ ਦੁੱਧ ਕੱਢਦਾ ਰਹੇ ਉਹਨੂੰ ਹੁੰਦਾ ਨਾ ਸਿੰਮਰ ਤੇ ਜਿਸ ਤਰ੍ਹਾਂ ਸੀ ਕੋਈ ਚੀਜ਼ ਕਰਦੇ ਆ ਅੱਗ ਨੂੰ ਘੱਟ ਕਰਕੇ ਉਹਦੇ ਉੱਤੇ ਮੱਠੀ ਮੱਠੀ ਅੱਗ ਤੇ ਉਹ ਦੁੱਧ ਕੱਢਦਾ ਰਹਿੰਦਾ ਬੁਗਨੀ ਸਾਨੂੰ ਪਤਾ ਪਿਗੀ ਬੈਂਕ ਚਾਟੀ ਜਿਹਦੇ ਵਿੱਚ ਦੁੱਧ ਰੜਕਦੇ ਆ ਹਨ ਇਹ ਕਾੜਨੀ ਵਰਗੀ ਹੁੰਦੀ ਹੈ ਬਟ ਇਟ ਇਜ਼ ਫਾਰ ਯੂ نو ਵੈਨ ਵੀ ਪੁੱਟ ਦੁੱਧ ਦੇ ਵਿੱਚ ਜਾਗ ਲਾ ਕੇ ਦਹੀਂ ਜਮਾਉਨੇ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਉਹਦੇ ਵਿੱਚ ਸਿੱਖਣ ਜਾ ਰਹੇ ਆ ਇਸ ਪਾਠ ਦੇ ਵਿੱਚ ਇਹ ਹੁੰਦਾ ਹੈ ਘੜਾ ਤੇ ਘੜੇ ਵਿੱਚ ਪਾਣੀ ਰੱਖਦੇ ਆ ਸਰਾਹੀ ਦੇ ਵਿੱਚ ਵੀ ਪਾਣੀ ਰੱਖਦੇ ਆ ਠੰਡਾ ਪਾਣੀ ਹੋ ਜਾਂਦਾ ਹੈ ਮਿੱਟੀ ਦੇ ਭਾਂਡਿਆਂ ਵਿੱਚ ਤੇ ਅਸੀਂ ਇਹਨਾਂ 'ਚੋਂ ਠੰਡਾ ਪਾਣੀ ਪੀਂਦੇ ਹੁੰਦੇ ਸੀ ਇਹਦੇ ਵਿੱਚੋਂ ਇੱਕ ਖਾਸ ਤਰ੍ਹਾਂ ਦੀ ਬੜੀ ਸੋਹਣੀ ਜੀ ਖੁਸ਼ਬੂ ਆਉਂਦੀ ਹੁੰਦੀ ਸੀ ਇਸ ਪਾਣੀ ਦੇ ਵਿੱਚੋਂ ਉਹ ਮਿੱਟੀ ਦੀ ਖੁਸ਼ਬੂ ਹੁੰਦੀ ਸੀ ਦੀਵਾ ਤਨੁਪਤਾ ਸੀ ਗੁਰਦੁਆਰਾ ਸਾਹਿਬ ਜਾ ਕੇ ਦੀਵਾਲੀ ਤੇ ਦੀਵੇ ਜਗਾਉਨੇ ਆ ਜਾਂ ਮੋਮਬਤੀਆਂ ਜਗਾਉਨੇ ਆ ਘਰਾਂ ਦੇ ਵਿੱਚ ਵੀ ਅਸੀਂ ਥੋੜੇ ਥੋੜੇ ਦੀਵੇ ਜਗਾਉਂਦੇ ਆ ਮਿੱਟੀ ਦੀ ਕਲਾ ਮਿੱਟੀ ਦੀ ਕਲਾ ਨਾਲ ਬੁਗਨੀਆਂ ਅਤੇ ਦੀਵੇ ਬਣਾਏ ਜਾਂਦੇ ਹਨ ਮਿੱਟੀ ਨਾਲ ਘੜੇ ਕਾੜਨੀਆਂ ਅਤੇ ਹੋਰ ਭਾਂਡੇ ਵੀ ਬਣਾਏ ਜਾਂਦੇ ਹਨ ਪੰਜਾਬੀ ਪਿੰਡਾਂ ਦੇ ਘਰਾਂ ਵਿੱਚ ਹਾਲੇ ਵੀ ਘੜੇ ਜਾਂ ਸੁਰਾਹੀ ਦਾ ਠੰਡਾ ਪਾਣੀ ਪੀਤਾ ਜਾਂਦਾ ਹੈ ਇਹਦੇ ਵਿੱਚ ਹਾਲੇ ਵੀ ਦਾ ਕੀ ਮਤਲਬ ਹੈ ਇਵਨ ਨਾਓ ਆਲਸੋ ਰਾਈਟ ਇਵਨ ਨਾਓ ਪੀਪਲ ਡਰਿੰਕ ਵਾਟਰ ਫਰੋਂ ਕੜਾ ਐਂਡ ਸੁਰਾਹੀ ਜਿਹੜੇ ਅਸਿਆ ਹਿੱਥੇ ਦੇਖੇ ਸਨ ਮਿੱਟੀ ਦੇ ਭਾਂਡੇ ਠੀਕ ਹੈ ਘੜੇ ਦਾ ਮੂੰਹ ਚੌੜਾ ਹੁੰਦਾ ਹੈ ਅਤੇ ਸੁਰਾਹੀ ਦਾ ਮੂੰਹ ਢੀੜਾ ਹੁੰਦਾ ਹੈ ਗਗਰਵੀ ਕੜੇ ਅਤੇ ਸਰਾਹੀ ਵਰਗੀ ਹੁੰਦੀ ਹੈ ਪਰ ਪਿੱਤਲ ਦੀ ਬਣੀ ਹੁੰਦੀ ਹੈ ਪਿੱਤਲ ਇਸ ਬ੍ਰਾਸ ਮੈਟਲ ਹੈ ਨਾ ਸੋ ਅਸੀਂ ਪਹਿਲਾਂ ਮਿੱਟੀ ਦੀ ਗੱਲ ਕਰਦੇ ਸੀ ਮਿੱਟੀ ਦੀ ਕਲਾ ਦੇ ਭਾਂਡੇ ਇੱਕ ਖਾਸ ਸ਼੍ਰੇਣੀ ਇੱਕ ਖਾਸ ਲੋਕੀ ਹੁੰਦੇ ਜਿਨ੍ਹਾਂ ਦਾ ਇਹ ਕੰਮ ਹੁੰਦਾ ਹੈ ਤੇ ਉਹ ਮਿੱਟੀ ਦੇ ਭਾਂਡੇ ਬੜੀ ਕਲਾ ਦੇ ਨਾਲ ਬਣਾਉਂਦੇ ਆ ਤੇ ਜਿਹੜੇ ਪਿੱਤਲ ਦੇ ਭਾਂਡੇ ਅਸੀਂ ਦੁਕਾਨਾਂ ਦੇ ਵਿੱਚ ਬਣੇ ਹੋਏ ਸਾਨੂੰ ਮਿਲਦੇ ਆ ਹੈ ਨਾ ਸੋ ਉਹਨਾਂ ਨੂੰ ਕਿਸੇ ਫੈਕਟਰੀਆਂ ਦੇ ਵਿੱਚ ਫੈਕਟਰੀਸ ਦੇ ਵਿੱਚ ਬਣਾਇਆ ਜਾਂਦਾ ਹੈ ਠੀਕ ਹੈ ਸੋ ਇਸ ਵਿੱਚ ਵੀ ਲੋਕ ਪਾਣੀ ਰੱਖਦੇ ਹਨ ਜਿੱਦਾ ਪਿੱਤਲ ਦੀ ਬਣੀ ਜਿਹੜੀ ਗਾਗਰ ਬੰਦੀ ਹੈ ਉਹਦੇ ਵਿੱਚ ਵੀ ਪਾਣੀ ਰੱਖਦੇ ਆ ਪੰਜਾਬੀ ਲੋਕ ਕੜਨੀ ਵਿੱਚ ਦੁੱਧ ਉਬਾਲਦੇ ਹਨ ਚਾਟੀ ਵਿੱਚ ਪਾ ਕੇ ਜਾਗ ਲਗਾ ਕੇ ਦਹੀਂ ਜਮਾਉਦੇ ਹਨ ਜਾਗ ਕੀ ਹੁੰਦੀ ਹੈ ਜਦੋਂ ਥੋੜਾ ਜਿਹਾ ਦਹੀਂ ਅਸੀਂ ਦੁੱਧ ਦੇ ਵਿੱਚ ਉਬਾਲ ਕੇ ਉਹਨੂੰ ਦੁੱਧ ਨੂੰ ਠੰਡਾ ਕਰਕੇ ਲੋਪ ਪੌਮ ਕਰਕੇ ਉਹਦੇ ਵਿੱਚ ਅ ਥੋੜਾ ਜਿਹਾ ਦਹੀਂ ਪਾਉਨੇ ਤਾਂ ਫਿਰ ਉਹ ਜਿਹੜੀ ਉਹਨੂੰ ਜਾਗ ਕਹਿੰਦੇ ਆ ਤੇ ਉਹਦੇ ਨਾਲ ਜਿਹੜਾ ਦੁੱਧ ਹੁੰਦਾ ਸਾਰਾ ਉਹ ਦਹੀਂ ਬਣ ਜਾਂਦਾ ਹੈ ਹਨਾ ਸੋ ਉਹਦੇ ਨਾਲ ਅਸੀਂ ਰਾਇਤਾ ਬਣਾਉਨੇ ਆ ਤੇ ਤੁਸੀਂ ਪ੍ਰੌਨਠੀ ਨਾਲ ਦਹੀਂ ਖਾਂਦੇ ਹੋ ਹਨਾ ਸਵੇਰ ਵੇਲੇ ਚਾਟੀ ਵਿੱਚ ਮਧਾਣੀ ਪਾਉਂਦੇ ਹਨ ਦੁੱਧ ਰਿੜਕ ਕੇ ਲੱਸੀ ਅਤੇ ਮੱਖਣ ਬਣਾਉਂਦੇ ਹਨ ਇਹ ਦੇਖੋ ਇਹ ਜਿਹੜੇ ਪੰਜੀ ਬੈਠੇ ਨੇ ਉਹ ਦੁੱਧ ਰਿੜਕਦੇ ਪਿਆ ਚਾਟੀ ਦੇ ਵਿੱਚ ਹੈਨਾ ਸੋ ਦਹੀਂ ਜਮਾਇਆ ਹੋਇਆ ਸੀ ਤੇ ਇਹਨੂੰ ਹੁਣ ਰਿੜਕਨਗੇ ਚਰਨ ਕਰਨਗੇ ਤੇ ਫਿਰ ਇਹਦੇ ਵਿੱਚੋਂ ਲੱਸੀ ਰਹਿ ਜਾਏਗੀ ਥੱਲੇ ਉੱਪਰ ਮੱਖਣ ਆ ਜਾਂਦਾ ਤੇ ਉਹਨੂੰ ਫਿਰ ਅਸੀਂ ਵਰਤਦੇ ਆ ਖਾਣ ਵਾਸਤੇ ਪ੍ਰੌਠਿਆਂ ਨਾਲ ਰੋਟੀਆਂ ਚੋਪੜਨ ਵਾਸਤੇ ਇਸ ਤਰ੍ਹਾਂ ਕਿ ਦਿਵਾਲੀ ਕੇ ਇਥੇ ਸੀ ਅਸੀਂ ਮਿੱਟੀ ਦੀ ਬੁਗਣੀ ਵਿੱਚ ਬੱਚੇ ਪੈਸੇ ਰੱਖਦੇ ਹਨ ਪਿਗੀ ਬੈਂਕ ਜਿਹੜੀ ਤੁਹਾਡੀ ਹੁੰਦੀ ਹੈ ਨਾ ਦਿਵਾਲੀ ਤੇ ਲੋਕ ਮਿੱਟੀ ਦੇ ਦੀਵੇ ਵਿੱਚ ਘਿਓ ਜਾਂ ਤੇਲ ਪਾ ਕੇ ਬਾਲਦੇ ਹਨ ਸੋ ਇਹਦੇ ਲਈ ਇਹ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਦੀਵੇ ਚੌਂਕਾਪੂਰ ਨਾ ਇੱਕ ਨਵੀਂ ਕਲਾ ਅਸੀਂ ਜਿਹਦੇ ਬਾਰੇ ਅੱਜ ਸਿੱਖਣ ਜਾ ਰਹੇ ਹਾਂ ਸੋ ਅਸੀਂ ਸਾਨੂੰ ਪੰਜਾਬ ਦੇ ਘਰਾਂ ਵਿੱਚ ਇਹ ਦੇਖਣ ਨੂੰ ਮਿਲਦੀ ਹੈ ਪੰਜਾਬ ਦੇ ਘਰਾਂ ਦੀ ਆਪਣੀ ਹੀ ਸ਼ਾਨ ਹੈ ਕਰ ਇੱਟਾਂ ਅਤੇ ਸਿਮਿੰਟ ਦੇ ਬਣੇ ਹੁੰਦੇ ਹਨ ਕਈ ਘਰ ਕੱਚੇ ਵੀ ਹੁੰਦੇ ਹਨ ਹਨ ਘਰਾਂ ਦੀਆਂ ਕੰਧਾਂ ਉੱਤੇ ਮਿੱਟੀ ਦਾ ਲੇਪ ਕੀਤਾ ਜਾਂਦਾ ਹੈ ਫਿਰ ਉਹਨਾਂ ਉੱਤੇ ਰੰਗਾਂ ਨਾਲ ਮੋਰ ਪੰਛੀ ਅਤੇ ਫੁੱਲ ਬੂਟਿਆਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਹਨ ਰੰਗਾਂ ਨਾਲ ਪੰਛੀਆਂ ਦੀਆਂ ਤਸਵੀਰਾਂ ਬਣਾਉਂਦੇ ਹਨ ਮਿੱਟੀ ਦੇ ਲੇਪ ਨਾਲ ਕੰਧਾਂ ਨੂੰ ਸੋਹਣਾ ਬਣਾਉਣ ਨੂੰ ਚੌਂਕਾਪੂਰਨਾ ਕਹਿੰਦੇ ਹਨ ਇਹ ਕਲਾ ਪੰਜਾਬ ਦੇ ਘਰਾਂ ਨੂੰ ਚਾਰ ਚੰਨ ਲਾਉਂਦੀ ਹੈ ਹੁਣ ਤੁਹਾਡਾ ਇੱਕ ਟੈਸਟ ਹੈਗਾ ਚਾਰ ਚੰਨ ਲਾਉਣਾ ਮਤਲਬ ਉਹਦਾ ਕੀ ਹੈ ਚਾਰ ਚੰਨ ਲਾਉਣਾ ਉਹਨਾਂ ਨੂੰ ਬਹੁਤ ਸੋਹਣਾ ਬਣਾ ਦਿੰਦੀ ਹੈ ਠੀਕ ਹੈ ਸੋ ਤੁਸੀਂ ਜਿਹੜੇ ਪਿਛਲੇ ਪਾਰਟ ਚ ਸ਼ਬਦ ਸਿੱਖੇ ਸਨ ਉਹ ਤੁਹਾਨੂੰ ਇੱਥੇ ਕੰਮ ਆਣਗੇ ਤੁਸੀਂ ਉਹਨਾਂ ਨੂੰ ਵਰਤਣਾ ਤੇ ਸਮਝਣਾ ਪੰਜਾਬੀ ਜਿੱਤੀ ਪੰਜਾਬੀ ਜੁੱਤੀ ਦੇ ਕੀ ਕਹਿਣੇ ਅਸੀਂ ਇਹ ਵੀ ਗੱਲ ਕੀਤੀ ਸੀ ਕੀ ਕਹਿਣੇ ਵਾਓ ਵੈਰੀ ਨਾਈਸ ਹੈ ਨਾ ਸੋ ਐਕਸਲੈਂਟ ਜੇ ਕਿਸੇ ਚੀਜ਼ ਨੂੰ ਬਹੁਤ ਸੋਹਣਾ ਕਹਿਣਾ ਹੋਵੇ ਅਸੀਂ ਕਹਿੰਦੇ ਹੁੰਦੇ ਵਾਓ ਕੀ ਕਹਿਣੇ ਹੈ ਨਾ ਪੰਜਾਬੀ ਜੁੱਤੀ ਚਮੜੇ ਜਾਂ ਕੱਪੜੇ ਦੀ ਬਣਾਈ ਜਾਂਦੀ ਹੈ ਚਮੜਾ ਕੀ ਹੁੰਦਾ ਲੈਦਰ ਹੈ ਨਾ ਕੱਪੜਾ ਹੁੰਦਾ ਹੈ ਕੱਪੜਾ ਤੁਹਾਨੂੰ ਪਤਾ ਹੀ ਹੈ ਕਲੋਥ ਹੈ ਨਾ ਸੋ ਉਸ ਉੱਤੇ ਸੁਨਹਿਰੇ ਅਤੇ ਹੋਰ ਰੰਗ ਬਰੰਗੇ ਧਾਗਿਆਂ ਦੀ ਕਢਾਈ ਕੜਾਈ ਕੀਤੀ ਜਾਂਦੀ ਹੈ ਅਗਲੇ ਲੈਸਨ 'ਚ ਹੋਗਾ ਪਰ ਮੈਂ ਇੱਥੇ ਤੁਹਾਨੂੰ ਪੁੱਛਣਾ ਚਾਹਨੀ ਆ ਕਿ ਸੁਨਹਿਰੇ ਤੁਹਾਨੂੰ ਪਤਾ ਹੈ ਸੁਨਹਿਰਾ ਕੀ ਹੁੰਦਾ ਹੈ ਸੁਨਹਿਰਾ ਰੰਗ ਇਸ 골ਡਨ ਹੈ ਨਾ ਤੇ ਹੋਰ ਰੰਗ ਬਰੰਗੇ ਰੰਗ ਬਰੰਗੇ ਇਸ ਡਿਫਰੈਂਟ ਕਲਰ ਜਿਹੜੇ ਹੈਗੇ ਆ ਕਲਰਫੁਲ ਹੈ ਨਾ ਡਿਫਰੈਂਟ ਕਲਰ ਥ्रेड ਜਿਹੜੇ ਆ ਕੜਾਈ ਕੀਤੀ ਹੁੰਦੀ ਹੈ ਨਵੀਂ ਜੁੱਤੀ ਤੁਰਨ ਵੇਲੇ ਚੀਕੂੰ ਚੀਕੂੰ ਦੀ ਆਵਾਜ਼ ਕਰਦੀ ਹੈ ਤੁਸੀਂ ਜੇ ਗੁਰਦੁਆਰੇ 'ਤੱਕ ਜੁੱਤੀ ਪਾ ਕੇ ਜਾਂਦੇ ਹੋ ਜਦੋਂ ਤੁਸੀਂ ਉੱਥੇ ਤੁਰਦੇ ਹੈਗੇ ਗੁਰਦੁਆਰੇ ਦੇ ਵਿੱਚ ਜਿਸਰਾਬਾਰ ਬਿਲਡਿੰਗ ਦੇ ਦਰਬਾਰ ਸਾਹਿਬ ਤੇ ਤਾਂ ਅਸੀਂ ਜੁੱਤੀਆਂ ਉਤਾਰ ਕੇ ਜਾਂਦੇ ਆ ਰਾਈ ਜਦੋਂ ਅਸੀਂ ਕਾਈਡੋਰ 'ਚ ਤੁਰਦੇ ਆ ਤੇ ਜੁੱਤੀਆਂ ਦੀ ਆਵਾਜ਼ ਆਉਂਦੀ ਹੈ ਤੁਸੀਂ ਸੁਣੀ ਹੋਣੀ ਹੈ ਜ਼ਰੂਰ ਹੈ ਨਾ ਸੋ ਇਹ ਸਾਡਾ ਪਾਰਸੀ ਪੰਜਾਬ ਦੀਆਂ ਕਲਾਵਾਂ ਬਾਰੇ ਤੇ ਨਾਲ ਉਹਦੇ ਵਿੱਚ ਇੱਕ ਜੁੱਤੀ ਜਿਹੜੀ ਪੰਜਾਬੀ ਜੁੱਤੀ ਬਾਰੇ ਅਸੀਂ ਗੱਲ ਕੀਤੀ ਸੋ ਹੁਣ ਅਸੀਂ ਹਰ ਪਾਠ ਦੇ ਵਿੱਚ ਜਿਹੜੀਆਂ ਐਕਸਰਸਾਈਜ਼ਸ ਕਰਦੇ ਆ ਫੋਲੋ ਅਪ ਐਕਟੀਵਿਟੀਜ਼ ਹੁੰਦੀਆਂ ਉਹ ਤਕਰੀਬਨ ਹਰ ਪਾਠ ਦੇ ਵਿੱਚ ਤੁਸੀਂ ਇੱਕੋ ਜਿਹੀਆਂ ਕਰਦੇ ਹੋ ਫਾਈਂਡ 올 ਦਾ ਵੋਕੈਬਲਰੀ ਵਰਡਸ ਇਨ ਦਾ ਐਸੇਸ ਐਂਡ ਸਰਕਲ ਥੈਮ ਤੁਸੀਂ ਇਹਨੂੰ ਪਾਠ ਨੂੰ ਪੜ੍ਹਨਾ ਇੱਕ ਇਹ ਗੱਲ ਨਹੀਂ ਭੁੱਲਣੀ ਕਿ ਤੁਸੀਂ ਇਹਨੂੰ ਟਾਈਮ ਕਰ ਰਹੇ ਹੋ ਜਦੋਂ ਪਾਠ ਪੜ੍ਹਦੇ ਹੋ ਤੇ ਤੁਸੀਂ ਟਾਈਮਰ ਲਗਾ ਕੇ ਪੜੋ ਕਿ ਕਿੰਨਾ ਫਾਸਟ ਤੁਸੀਂ ਪੜ ਲੈਂਦੇ ਹੋ ਉਹ ਵੀ ਸਾਡੀ ਇੱਕ ਐਕਟੀਵਿਟੀ ਹੈ ਤੇ ਤੁਸੀਂ ਪ੍ਰੋਗਰੈਸ ਕਰ ਰਹੇ ਹੋ ਤੁਸੀਂ ਅ ਅੱਛਾ ਪੜ ਰਹੇ ਹੋ ਤੇ ਘੱਟ ਗਲਤੀਆਂ ਕਰ ਰਹੇ ਹੋ ਉਹ ਤੁਹਾਡੀ ਜਿਹੜਾ ਹੈਗਾ ਆਬਜੈਕਟਿਵ ਹੋਣਾ ਚਾਹੀਦਾ ਤੁਹਾਡਾ ਗੋਲ ਹੋਣਾ ਚਾਹੀਦਾ ਸੋ ਉਸ ਤੋਂ ਇਲਾਵਾ ਤੁਸੀਂ ਹੁਣ ਕੀ ਕਰਨਾ ਹੈ ਪਾਠ ਪੜਦੇ ਪੜਦੇ ਉਹਨਾਂ ਨੂੰ ਵਰਡਸ ਨੂੰ ਸਰਕਲ ਕਰਨਾ ਹੈ ਠੀਕ ਹੈ ਜਿਹੜੇ ਡਿਫਿਕਲਟ ਵਰਡਸ ਆ ਗਏ ਸੋਮਵਰ ਘਰ ਦਾ ਕੰਮ ਇਹਨਾਂ ਪ੍ਰਸ਼ਨਾਂ ਦੇ ਸ਼ਬਦ ਪ੍ਰਸ਼ਨਾਂ ਦੇ ਉੱਤਰ ਲਿਖੋ ਰਾਈਟ ਆਨਸਰਸ ਟੂ ਦਾ ਕੁਐਸਚਨਸ ਚੌਂਕਾ ਪੂਰਨਾ ਦੀ ਕਲਾ ਬਾਰੇ ਲਿਖੋ ਜਿਹੜਾ ਚੌਂਕਾ ਪੂਰਨਾ ਸੀ ਕਿ ਐਸੀਗਾ ਕਿ ਕਿਸ ਤਰ੍ਹਾਂ ਕਰਾ ਨੂੰ ਫੁੱਲ ਬੂਟੇ ਪਾਏ ਜਾਂਦੇ ਆ ਡਿਫਰੈਂਟ ਰੰਗਾਂ ਦੇ ਨਾਲ ਹੈਨਾ ਸੋ ਉਹਦੇ ਬਾਰੇ ਅਸੀਂ ਇੱਥੇ ਲਿਖਣਾ ਹੈ ਕੜਾ ਕਿਸ ਕਾ ਮੌਂਦਾ ਹੈ ਕੜਾ ਜਿਹੜਾ ਅਸੀਂ ਪਿਕਚਰ ਜਿਹੜਾ ਕੜੇ ਦੀ ਅਸੀਂ ਗੱਲ ਕੀਤੀ ਸੀ ਪਾਣੀ ਰੱਖਣ ਦੇ ਕੰਮ ਆਉਂਦਾ ਹੈ ਸੀ ਸਰਾਹੀ ਅਤੇ ਕੜੇ ਵਿੱਚ ਕੀ ਫਰਕ ਹੈ ਤੁਸੀਂ ਦੋਨੋਂ ਪਿਕਚਰਸ ਦੇਖ ਕੇ ਕੜਾ ਵੱਡਾ ਹੁੰਦਾ ਹੈ ਤੇ ਉਹਦਾ ਮੂੰਹ ਖੁੱਲਾ ਹੁੰਦਾ ਹੈ ਸਰਾਹੀ ਦਾ ਮੂੰਹ 삐ੜਾ ਹੁੰਦਾ ਹੈ ਤੇ ਪਰ ਦੋਨਾਂ ਦੇ ਵਿੱਚ ਇੱਕੋ ਗੱਲ ਕੀ ਹੈ ਉਹਨਾਂ ਚ ਪਾਣੀ ਰੱਖਿਆ ਜਾਂਦਾ ਹੈ ਹਨਾ ਸੋ ਦੁੱਧ ਕਿਸ ਭਾਂਡੇ ਵਿੱਚ ਉਬਾਲਿਆ ਜਾਂਦਾ ਹੈ ਤੁਸੀਂ ਉਧਰ ਦੱਸਣਾ ਚਾਟੀ ਵਿੱਚ ਜਾਂ ਕਾੜਨੀ ਵਿੱਚ ਹੈ ਨਾ ਮੈਂ ਤੁਹਾਨੂੰ ਇੱਥੇ ਗਲੂ ਦੇ ਰਹੀਆਂ ਦੁੱਧ ਕਿਸ ਭਾਂਡੇ ਵਿੱਚ ਰਿੜਕਿਆ ਜਾਂਦਾ ਹੈ ਇਹਨਾਂ ਦੋ ਆ ਭਾਂਡਿਆਂ ਦੇ ਵਿੱਚੋਂ ਇੱਕ 'ਚ ਉਬਾਲਿਆ ਜਾਂਦਾ ਹੈ ਕਾੜਿਆ ਜਾਂਦਾ ਹੈ ਤੇ ਦੂਸਰੇ ਵਿੱਚ ਰਿੜਕਿਆ ਜਾਂਦਾ ਹੈ ਚਰਨ ਕੀਤਾ ਜਾਂਦਾ ਹੈ ਠੀਕ ਹੈ ਸੋ ਤੁਸੀਂ ਉਧਰੋਂ ਪਾਰਛ ਨੂੰ ਪੜ੍ਹ ਕੇ ਜਾਂ ਦੁਬਾਰਾ ਸੁਣ ਕੇ ਫਿਰ ਤੁਸੀਂ ਇਹ ਕੰਮ ਕਰੋਗੇ ਮੰਗਲਵਾਰ ਘਰ ਦਾ ਕੰਮ ਹੇਠ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ ਤੁਹਾਡੇ ਕੋਲੇ ਦੋ ਪਾਰਟ ਹੁੰਦੇ ਨੇ ਇਹ ਵੀ ਹਰ ਲੈਸਨ ਦੇ ਵਿੱਚ ਅਸੀਂ ਇਹ ਐਕਟੀਵਿਟੀ ਕਰਦੇ ਆਂ ਤੇ ਪੰਜਾਬੀ ਲੋਕ ਕਾਢਣੀ ਵਿੱਚ ਕੀ ਕਰਦੇ ਹਨ ਦੁੱਧ ਪਾਲਦੇ ਹਨ ਰਾਈਟ ਆਫਕੋਰਸ ਪੈਸੇ ਤਾਂ ਨਹੀਂ ਰੱਖਦੇ ਰਾਈਟ ਸੋ ਤੁਸੀਂ ਇਹਨਾਂ ਨੂੰ ਪੜ੍ਹ ਕੇ ਲਿਖਣਾ ਨਵੀਂ ਨਵੀਂ ਜੁੱਤੀ ਤੁਰਨ ਵੇਲੇ ਕੋਈ ਆਵਾਜ਼ ਕਰਦੀ ਹੈ ਉਹ ਕਿਹੜੀ ਆਵਾਜ਼ ਹੁੰਦੀ ਹੈ ਮਿੱਟੀ ਦੀ ਬੁਗਨੀ ਵਿੱਚ ਬੁਗਨੀ ਪਿਗੀ ਬੈਂਕ ਹੈ ਨਾ ਉਹਦੇ ਵਿੱਚ ਕੀ ਰੱਖਦੇ ਆ ਬੱਚੇ ਪੈਸੇ ਰੱਖਦੇ ਹਨ ਕਿ ਕੀ ਕਰਦੇ ਹਨ ਹੈ ਨਾ ਗਾਗਰਵੀ ਕਿਤੇ ਵਰਗੀ ਹੁੰਦੀ ਹੈ ਗਾਗਰਵੀ ਗਾਗਰ ਆਲਸੋ ਲਾਈਕ ਇਟ ਲੁక్స్ ਲਾਈਕ ਸਮਥਿੰਗ ਹੈ ਨਾ ਸੋ ਦਿਸ ਇਜ਼ ਦ ਸਨਤਿ ਬੁੱਧਵਾਰ ਘਰ ਦਾ ਕੰਮ ਸੈਟ ਦਾ ਟਾਈਮਰ ਮੈਂ ਪਹਿਲਾਂ ਕਹਿ ਚੁੱਕੀ ਹਾਂ ਰੀਡ ਦਿਸ ਐਸੇ ਹਾਊ ਮੈਨੀ ਮਿੰਟਸ ਡਿਡ ਇਟ ਟੇਕ ਦੇ ਤੁਸੀਂ ਅਮ ਇਸ ਰੂਰ ਕਰਦੇ ਰਹਿਣਾ ਤਾਂ ਜੋ ਤੁਹਾਡੀ ਫਲੂਐਂਸੀ ਤੇ ਐਕਿਊਰੇਸੀ ਜਿਹੜੀ ਵਧੇ ਪੰਜਾਬੀ ਦੀ ਵੀਰ ਵਾਰ ਕਰਦਾ ਕੰਮ ਕਾਪੀ ਗੁਰਮੁਖੀ ਨੰਬਰਸ ਐਂਡ ਪੰਜਾਬੀ ਵਰਡਸ ਇਨ ਥਿਸ ਟੇਬਲ ਇਨ ਦਾ ਟੇਬਲ ਬਲੋ ਦਾ ਪੰਜਾਬੀ ਨੰਬਰਸ ਆਰ ਪ੍ਰੋਨounced ਡਿਫਰੈਂਟਲੀ ਇਨ ਡਿਫਰੈਂਟ ਰੀਜਨਸ ਆਫ ਪੰਜਾਬ ਸਮ ਪੀਪਲ ਮਾਈਟ ਸਪੀਕ ਲਾਈਕ ਥਿਸ 91 ਔਰ 91 ਔਰ 91 ਰਾਈਟ 91 राइट थोड़ा एम्फसिस ਦੇ ਨਾਲ ਕਿਉਂਕਿ ਅਧਰ ਕਹੇ تھے ਦੂਸਰਾ 92 اور 99 93 اور 93 94 اور 94 95 اور 95 ਸੋ ਇਹ ਸ਼ਬਦ ਜਿਹੜੇ ਵੱਖਰੇ ਵੱਖਰੇ ਤਰ੍ਹਾਂ ਬੋਲੇ ਜਾਂਦੇ ਆ ਪਰ ਤੁਸੀਂ ਜਿਹੜਾ ਵੀ ਤੁਸੀਂ ਚੁਣੋਗੇ um ਕਿਉਂਕਿ ਅਸੀਂ ਕਿਸੇ ਨੂੰ ਠੀਕ ਗਲਤ ਨਹੀਂ ਕਹਿੰਦੇ ਕਈ ਵਾਰੀ ਜੇ ਬੱਚਿਆਂ ਨੇ ਉਹੀ ਵਰਡ ਸੁਨਿਆ ਹੁੰਦਾ ਬਾਰ-ਬਾਰ ਉਸੇ ਤਰ੍ਹਾਂ ਬੋਲੇ ਕਿਉਂਕਿ ਅਸੀਂ ਘਰ ਵਿੱਚੋਂ ਵੀ ਭਾਸ਼ਾ ਸਿੱਖਦੇ ਹਾਂ ਹੈਨਾ ਜਿਸ ਤਰ੍ਹਾਂ ਸਾਡੇ ਘਰ ਦੇ ਬੋਲਦੇ ਅਸੀਂ ਉਸ ਤਰ੍ਹਾਂ ਵੀ ਸਿੱਖਦੇ ਹਾਂ ਤੇ ਤੁਸੀਂ ਜਿਹੜਾ ਵੀ ਇੱਥੇ ਲਿਖੇ ਹੋਏ ਨੇ ਵਰਡਸ ਉਹਨਾਂ ਨੂੰ ਤੁਸੀਂ ਕਾਪੀ ਕਰੋ ਤੇ ਉਹਨਾਂ ਨੂੰ ਬੋਲਣਾ ਸਿੱਖੋ ਠੀਕ ਹੈ ਜੀ ਅੱਜ ਦਾ ਲੈਸਨ ਸਾਡਾ ਇੰਨਾ ਹੀ ਸੀ ਮੈਂ ਇੰਨਾ ਕਹਿ ਕੇ ਹੁਣ ਲੈਸਨ ਬੰਦ ਕਰ ਦਿਆਂ ਤੁਸੀਂ ਪੜਦੇ ਰਹੋ ਸਿੱਖਦੇ ਰਹੋ ਜੇ ਕੁਝ ਹੋਰ ਤਾਨੂੰ ਲੱਗੇ ਕੋਈ ਹੋਰ ਚੀਜ਼ ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹਾਂ ਤੇ ਤੁਸੀਂ ਜ਼ਰੂਰ ਦੱਸਿਓ ਬੱਚਿਓ ਚਲੋ ਜੀ ਫਤਿਬ ਲਾਈਏ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਫਤਿ